ਸੋ ਇਸ ਜਿਹੜੇ ਵਾਪਸ ਜਾ ਰਹੇ ਨੇ ਇਸ ਘਰ 'ਚ ਨੂੰ ਲੈ ਕੇ ਉਹਨਾਂ ਵੀਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ ਉਹਨਾਂ ਪੁੱਛਦੇ ਹਾਂ ਕਿੱਥੋਂ। ਵੀਰ ਜੀ ਸਤਿ ਸ਼੍ਰੀ ਅਕਾਲ, ਕੀ ਨਾਮ ਆਪਣਾ? ਮੇਰਾ ਨਾਮ ਵਰਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ? ਫੈਜ਼ਪੁਰ ਖੇੜਾ ਪਿੰਡ ਹੈ, ਤਹਿਸੀਲ ਅਸੰਧ, ਜ਼ਿਲ੍ਹਾ ਕਰਨਾਲ ਹੈ। ਕਰਨਾਲ ਤੋਂ, ਠੀਕ ਹੈ। ਇਹ ਜਿਹੜਾ ਕੀ ਕਿਵੇਂ ਤਾਂ ਦੇਖਦੇ ਹੋ ਕੱਲ੍ਹ ਜੋ ਵੀ ਆਪਣੇ ਦਿੱਲੀ ਦੇ ਵਿੱਚ ਕੁਛ ਬੰਦਿਆਂ ਵੱਲੋਂ ਜੋ ਵੀ ਉੱਥੇ ਮਾਹੌਲ ਹੋਇਆ, ਸਾਡੇ ਕਿਸਾਨ ਆਗੂਆਂ ਵੱਲੋਂ ਜਿਹੜਾ ਉੱਥੇ ਟਰੈਕਟਰ ਮਾਰਚ ਸੀਗਾ, ਉਸ ਚੀਜ਼ ਨੂੰ ਨੈਸ਼ਨਲ ਮੀਡੀਆ ਨੇ ਲੁਕੋਤਾ, ਉਹ ਚੀਜ਼ ਨੂੰ ਜ਼ਿਆਦਾ ਦਿਖਾਤਾ। ਜਿਹੜੀ ਚੀਜ਼ ਕੁਛ ਬੰਦਿਆਂ ਵੱਲੋਂ ਸੀ, ਜਿਹੜਾ ਐਡੇ ਤਕੜੇ ਸੰਘਰਸ਼ ਵੱਲੋਂ ਸੀ, ਉਹ ਚੀਜ਼ ਨੂੰ ਬਿਲਕੁਲ ਲੁਕੋਇਆ ਗਿਆ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਚੀਜ਼, ਇਸ ਗੱਲਬਾਤ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇੰਨਾ ਵਧੀਆ ਜਿਹੜਾ ਸਾਡਾ ਅੰਦੋਲਨ ਸੀ, ਇੰਨਾ ਸ਼ਾਂਤਮਈ, ਇੰਨਾ ਸੰਗਠਿਤ ਔਰ ਇੰਨੇ ਆਪਸੀ ਪਰਸਪਰ ਤਾਲਮੇਲ ਦੇ ਨਾਲ ਚੱਲਦਾ ਪਿਆ ਜਿਹੜਾ ਅੰਦੋਲਨ ਸੀ ਸਾਡਾ, ਸੱਤਿਆਗ੍ਰਹਿ ਸੀ ਕਹਿੰਦੇ ਆਪਾਂ ਇਹਨੂੰ, ਜੀ ਜੀ, ਇੱਕ ਸੱਤਿਆਗ੍ਰਹਿ ਹੀ ਹੋ ਗਿਆ ਸੀ। ਬਿਲਕੁਲ ਹਰ ਵਰਗ ਜਿਹੜਾ ਹੈ ਸਾਡੇ ਮੁਲਕ ਦਾ ਇਸ ਅੰਦੋਲਨ ਨਾਲ ਜੁੜ ਗਿਆ, ਕਿਉਂ? ਮੁੱਦਾ ਇੱਕ ਸੀ, ਬਿਲਕੁਲ ਸੱਚ ਹੱਕ ਦੀ ਲੜਾਈ ਸੀ, ਬਿਲਕੁਲ ਇੱਕ ਹੀ ਮੁੱਦਾ ਸੀ ਉਹਦੇ ਵਿੱਚ। ਫਿਰ ਸਾਡੇ ਆਗੂ, ਸਾਡੀ ਅਗਵਾਈ ਇੰਨੀ ਸ਼ਾਨਦਾਰ ਹੈ, ਇੰਨੀ ਸ਼ਾਨਦਾਰ ਅਗਵਾਈ ਹੈ ਸਾਡੇ ਜਿਹੜੇ ਆਗੂ ਨੇ, ਇੰਨੇ ਸ਼ਾਨਦਾਰ ਉਹਨਾਂ ਦੀ ਉਹ ਸੋਚ ਹੈ, ਵਧੀਆ ਉਹਨਾਂ ਦੀ ਅਪੀਲ 'ਤੇ ਕਿਤੇ ਨਾ ਕਿਤੇ ਸਭ ਜਿਹੜੇ ਨੇ ਥੋੜ੍ਹਾ ਜਿਹਾ ਡਿਰੇਲ ਹੋ ਗਏ। ਕੁਛ ਲੋਕ ਨਾਮ ਸਭ ਜਾਣਦੇ ਨੇ, ਬਿਲਕੁਲ ਬਿਲਕੁਲ, ਨਾਮ ਅੱਜ ਕਿਸੇ ਨੂੰ ਭੁਲੇਖਾ ਨਹੀਂ ਰਿਹਾ, ਬਿਲਕੁਲ ਉਹਨਾਂ ਦੇ ਥਰੂ ਜੋ ਇਹ ਕੰਮ ਉਹਨਾਂ ਨੇ ਕਰਵਾ ਦਿੱਤਾ, ਉੱਤੇ ਜਾ ਕੇ ਜਿਹੜੇ ਹਿਸਾਬ ਨਾਲ ਸਾਡਾ ਮਾਰਚ ਨਿਕਲਣਾ ਚਾਹੀਦਾ ਸੀ, ਪਰੇਡ ਹੋਣੀ ਚਾਹੀਦੀ ਸੀ, ਉਹਦੇ ਵਿੱਚ ਉਹਨਾਂ ਨੇ ਵਿਘਨ ਪਵਾਇਆ। ਔਰ ਆਹ ਵੇਖੋ, ਸਾਰੇ ਲੋਕਾਂ ਦੇ ਮਨ ਵਲੂੰਦਰੇ ਨੇ ਜੀ, ਇਹਨਾਂ ਦੇ ਹਿਰਦੇ ਤਾਂ ਵਲੂੰਦਰੇ ਨੇ, ਕਿਉਂ? ਉਹਨਾਂ ਨੇ ਵਿੱਚ ਵਿਘਨ ਜਿਹੜਾ ਪਾਇਆ ਹੈ ਉਹਦੇ ਕਰਕੇ ਜਿਹੜਾ ਜਿਸ ਹਿਸਾਬ ਨਾਲ ਸਾਡਾ ਜਿਹੜਾ ਇੱਕ ਮਨੋਰਥ ਸੀ ਉਹ ਪੂਰਨ ਨਹੀਂ ਹੋਇਆ, ਠੀਕ ਹੈ। ਵਾਹਿਗੁਰੂ ਕਰੇਗਾ, ਜ਼ਰੂਰ ਹੋਏਗਾ, ਜ਼ਰੂਰ। ਮਿਹਨਤ ਜਿਹੜੀ ਇੰਨੇ ਦਿਨਾਂ ਦੀ ਹੋਈ ਹੈ, ਇੰਨਾ ਵੱਡਾ ਇਕੱਠ, ਇੰਨੇ ਦਿਨਾਂ ਦਾ ਵੀ ਬਹੁਤ ਜ਼ੋਰ ਲੱਗਿਆ ਹੈ, ਉਹ ਵਾਹਿਗੁਰੂ ਵਿਫਲ ਤਾਂ ਨਹੀਂ ਹੋਣ ਦੇਣਗੇ। ਬਾਕੀ ਅੱਜ ਜਿਹੜਾ ਥੋੜ੍ਹਾ ਸਾਡਾ ਜਿਹੜਾ ਉਹਨਾਂ ਵਾਈਬ ਨੈਗੇਟਿਵ ਭੇਜ ਦਿੱਤੀਆਂ, ਬਿਲਕੁਲ ਵਾਈਬਸ ਜਿਹੜੀਆਂ ਨੈਗੇਟਿਵ ਗਈਆਂ, ਜਿਹੜਾ ਇਹਨਾਂ ਨੇ ਕੰਮ ਇਕੱਲਿਆਂ ਜਾ ਕੇ, ਜਦੋਂ 10 ਵਜੇ ਦਾ ਟਾਈਮ ਸਾਡੀ ਅਗਵਾਈ ਨੇ ਦਿੱਤਾ, ਐਡੇ ਸੂਝਵਾਨ ਆਗੂ ਨੇ ਸਾਡੇ, ਉਹਨਾਂ ਨੇ 10 ਵਜੇ ਦਾ ਟਾਈਮ ਦਿੱਤਾ ਕਿ ਅਸੀਂ ਤੋਂ ਚੱਲਣਾ ਸਭ ਤੋਂ ਪਹਿਲੀ ਗੱਲ। ਅਤੇ ਫਿਰ ਉਹਨਾਂ ਦੇ ਜਿੰਨੇ ਜਿਹੜੇ ਸਨ ਇਹ ਪਹਿਲਾਂ ਜਾ ਕੇ ਸੋਚਦੇ ਹਨ ਅਸੀਂ ਝੰਡਾ ਚੱਪ ਲੈਣਾ, ਨਾਲ ਉਹ ਤੁਰਦੇ ਅੱਗੇ ਜਾਂਦੇ, ਨਾਲ ਲਾਉਂਦੇ ਉਹਨਾਂ ਦੇ, ਜਦੋਂ ਜੋ ਇੰਨੇ ਦਿਨਾਂ ਦੇ ਇੱਥੇ ਬਜ਼ੁਰਗ ਆਦਮੀ ਅਤੇ ਬੈਠੇ ਨੇ ਟੰਡ ਦੇ ਵਿੱਚ, ਅਤੇ ਸਾਰਾ ਉਹਨਾਂ ਦੇ ਨਾਲ ਤੁਰਦੇ ਜੋ ਮਰਜ਼ੀ ਪਿਆ ਕਰਦੇ, ਉਹਨਾਂ ਦੀ ਅਗਵਾਈ ਹੇਠ, ਉਹਨਾਂ ਦੀ ਅਗਵਾਈ ਹੇਠ ਕਰਦੇ, ਉਹ ਬੜਾ ਚੰਗਾ ਲੱਗਦਾ, ਉਹ ਇੱਕ ਅਨੁਸ਼ਾਸਨ ਦੇ ਵਿੱਚ ਕਰਦੇ, ਡਿਸਿਪਲਿਨ ਦੇ ਵਿੱਚ ਰਹਿ ਕੇ ਕੀਤਾ ਜਾਂਦਾ, ਅਤੇ ਉਹ ਬਾ ਕਮਾਲ ਹੁੰਦਾ। ਸਾਨੂੰ ਦੁਨੀਆ ਤੋਂ ਵਧਾਈਆਂ ਮਿਲਦੀਆਂ, ਸਾਰਾ ਪੂਰਾ ਵਰਲਡ ਜਿਵੇਂ ਇਸ ਪਾਸੇ ਵੇਖਣ ਡਿਆ, ਸਾਨੂੰ ਵਹਿੰਦਾ ਪਿਆ, ਅਤੇ ਉਹ ਇੱਕ ਬਦਲਾ ਬੜੀ ਉਹਦੇ ਵਿੱਚ ਮਜ਼ਬੂਤੀ ਬਣਨੀ ਸੀ ਸਾਡੇ ਅੰਦੋਲਨ ਦੀ। ਫਿਰ ਸਰਕਾਰ ਦਾ ਵੀ ਵਿੱਚ 101% ਹੱਥ ਹੈ, ਸਰਕਾਰ ਇਹਦੇ ਵਿੱਚ ਇਨਵੋਲਵ ਹੋਈ ਹੈ। ਰਾਤੀ 12 ਵਜੇ ਤੱਕ ਹੁਣ ਲੋਕ ਉਂਗਲ ਕਰਦੇ ਨੇ ਸਾਡੀ ਅਗਵਾਈ ਵੱਲ, ਜਿਹੜੇ ਸਾਡੇ ਲੀਡਰਸ ਨੇ, ਵੀ ਉਹਨਾਂ ਨੇ ਰੂਟ ਮੈਪ ਨਹੀਂ ਦਿੱਤਾ। ਰੂਟ ਮੈਪ ਹੁਣ ਸਰਕਾਰ ਨੇ ਵਿੱਚ ਸੁਪਰੀਮ ਕੋਰਟ ਨੂੰ ਵਿੱਚ ਵਿਚੋਲੀ ਪਾ ਕੇ, ਅਤੇ ਇੱਕ ਪਹਿਲਾਂ ਤਾਂ ਚੁਕਵਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਚੁੱਕਿਆ ਅੰਦੋਲਨ ਇਹਨਾਂ, ਨਹੀਂ ਚੁੱਕਿਆ ਸਾਡੇ ਆਪਣਾ ਵੀਰਾਂ ਨੇ ਜਾਂ ਲੀਡਰਸ ਨੇ, ਉਹ ਡਟੇ ਰਹੇ। ਅਤੇ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜਾ ਪੁਲਿਸ 'ਤੇ ਪੱਲਾ ਝਾੜ ਦਿੱਤਾ, ਪੁਲਿਸ ਸਰਕਾਰ ਦੇ ਹੇਠ, ਪੁਲਿਸ ਨੇ ਰਾਤੀ 12 ਵਜੇ ਤੱਕ ਇਹ ਰੂਟ ਮੈਪ ਜਿਹੜਾ ਮੰਗਦੇ ਰਹੇ ਨੇ, ਉਹਨਾਂ ਮੈਪ ਨਹੀਂ ਦਿੱਤਾ, ਇਹਨਾਂ ਦਾ ਇਹਦੇ 'ਚ ਦੋਸ਼ ਕਿੱਥੇ ਹੈ ਦੱਸੋ? ਇੱਕ ਹੋਰ ਚੀਜ਼ ਦੀ ਆਪਾਂ ਗੱਲ ਕਰਾਂਗੇ, ਦਿੱਲੀ ਲਾਲ ਕਿਲੇ ਦੀ ਸਿਕਿਉਰਿਟੀ ਜਿਹੜੀ ਹੈ ਇੰਨੀ ਢਿੱਲੀ ਕਿਉਂ ਰੱਖੀ ਗਈ, ਜਿਹੜਾ ਕੁਛ ਪਰਸੈਂਟ ਬੰਦੇ ਜਾ ਕੇ ਉੱਥੇ ਆਪਣਾ ਝੰਡਾ ਚੜਾ ਗਏ, ਇਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਆ? ਕਿਉਂਕਿ ਛੋਟੀ ਗੱਲ ਨਹੀਂ ਹੈਗੀ, ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਕੋਈ ਸ਼ੈ ਦੇ ਨਾਲ ਇਹ ਕੰਮ ਹੋਇਆ। ਬੀਜੇਪੀ, ਇਹ ਸਾਰਾ ਬੀਜੇਪੀ ਦਾ ਪਲਾਨ ਸੀਗਾ, ਬੀਜੇਪੀ ਨੇ ਆਪਣੇ ਏਜੰਟ ਆਪਣੇ ਫਰਜ਼ੀ ਬੰਦੇ ਵਿੱਚ ਵੜੇ ਹੋਏ ਸੀ, ਉਹਨਾਂ ਨੇ ਹੀ ਕੁਝ ਬੰਦਿਆਂ ਨੂੰ ਮਿਸਗਾਈਡ ਕਰਕੇ ਉਸ ਪਾਸੇ ਲੈ ਕੇ ਗਏ ਨੇ। ਬਾਕੀ ਸਾਡਾ ਸਾਰੇ 7 ਥਾਵਾਂ 'ਤੇ ਸਾਡਾ ਜਿਹੜਾ ਮਾਰਚ ਸੀ ਪੂਰਾ ਸਹੀ ਤਰੀਕੇ ਨਾਲ ਔਰ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੋਇਆ ਹੈ ਔਰ ਬੜਾ ਸਕਸੈਸਫੁੱਲ ਹੋਇਆ ਹੈ। ਕੱਲ੍ਹ ਦਾ ਜੋ ਸਾਡਾ ਮਾਰਚ ਸੀ ਬਹੁਤ ਸਕਸੈਸਫੁੱਲ ਰਿਹਾ ਹੈ, ਕੋਈ ਐਸੀ ਗੱਲ ਨਹੀਂ। ਠੀਕ ਹੈ, ਇੰਨੇ ਵੱਡੇ ਅੰਦੋਲਨ ਦੇ ਵਿੱਚ ਛੋਟੀਆਂ ਮੋਟੀਆਂ ਹਰਕਤਾਂ ਹੋ ਜਾਂਦੀਆਂ ਨੇ, ਕਿਉਂਕਿ ਇਹ ਸਾਨੂੰ ਪਹਿਲਾਂ ਹੀ ਸ਼ੱਕ ਸੀ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਕੁਝ ਨਾ ਕੁਝ ਇਹੋ ਜਿਹਾ ਵਿੱਚ ਵਿਘਨ ਪਾਏਗੀ। ਬਿਲਕੁਲ, ਇਹ ਉੱਥੇ 60 ਮੁੰਡੇ ਫੜੇ ਨੇ ਜਿੱਦਣ ਆਪਾਂ ਇੱਥੇ ਸਿੰਘੂ ਬਾਰਡਰ ਦੇ ਉੱਤੇ ਔਰ ਪੁਲਿਸ ਦੇ ਹੈਂਡਓਵਰ ਕੀਤੇ ਨੇ, ਪੁਲਿਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਬਿਆਨ ਹੀ ਉਲਟਾ ਦਿੱਤੇ ਨੇ, ਉਹ ਸਾਰਾ ਸਿਸਟਮ ਜਿਹੜਾ ਹੈ ਇਹ ਪ੍ਰੋਪੋਗੰਡਾ ਸੀ ਸਰਕਾਰ ਦਾ। ਬਾਕੀ ਸਾਡਾ ਮਾਰਚ ਸਕਸੈਸਫੁੱਲ ਰਿਹਾ, ਸਾਨੂੰ ਕੋਈ ਕਿਸੇ ਪ੍ਰਕਾਰ ਦਾ
ਮਲਾਲ ਨਹੀਂ ਹੈਗਾ, ਬਹੁਤ ਵਧੀਆ ਰਿਹਾ ਜੀ। ਪਰ ਪਿੰਡਾਂ ਦੇ ਵਿੱਚ ਵੀਰ ਜੀ ਪਤਾ ਕੀ ਹੋਇਆ ਕਿ ਜਿਹੜਾ ਨੈਸ਼ਨਲ ਮੀਡੀਆ ਹੈ, ਨੈਸ਼ਨਲ ਮੀਡੀਆ ਨੇ ਇਹ ਹੋਰ ਕੋਈ ਚੀਜ਼ ਦਿਖਾਈ ਨਹੀਂ। ਕਿਸਾਨਾਂ ਨੇ ਕਿਵੇਂ ਆਪਣੇ ਟਰੈਕਟਰ ਸ਼ਿੰਗਾਰੇ ਸੀ, ਕਿਸਾਨਾਂ ਨੇ ਕਿਵੇਂ ਝੰਡੇ ਲਾਏ ਸੀ, ਕਿਸਾਨਾਂ ਨੇ ਕਿਵੇਂ ਆਪਣਾ ਪੁਰਾਣਾ ਕਲਚਰ ਬਲਦ ਜਿਹੜੇ ਉੱਪਰ ਲਾਏ ਗਏ ਸੀਗੇ, ਟਿੰਡਾਂ ਲਾਈਆਂ ਗਈਆਂ ਸੀ, ਉਹ ਜਿਹੜਾ ਟਰੈਕਟਰ ਮਾਰਚ ਨੂੰ ਪਿੱਛੇ ਲੁਕੋ ਕੇ ਔਰ ਮੋਹਰੇ ਸਿਰਫ ਹੁੱਲੜਬਾਜ਼ੀ ਵਾਲੀਆਂ ਤਸਵੀਰਾਂ ਹੀ ਦਿਖਾਈਆਂ। ਬਾਹਰਲੀਆਂ ਕੰਟਰੀਆਂ 'ਚ ਲੋਕ ਰੋ ਰਹੇ ਨੇ, ਮੁੰਡੇ ਫੋਨ ਕਰ ਰਹੇ ਨੇ ਭਾਅ ਜੀ ਕੀ ਗੱਲ ਬਣ ਗਈ, ਇੱਥੇ ਤਾਂ ਐਂ ਪਤਾ ਲੱਗ ਰਿਹਾ। ਉਹਨਾਂ ਨੂੰ ਕੀ ਇੱਕ ਹੌਸਲੇ ਵਜੋਂ, ਇੱਕ ਭਰਾਵਾਂ ਵਜੋਂ ਆਪਾਂ ਕੀ ਹੌਸਲਾ ਦੇਣਾ ਬਣਦਾ ਆਪਣਾ, ਆਪਾਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਸਾਡਾ ਜਿਹੜਾ ਕੱਲ੍ਹ ਦਾ ਮਾਰਚ ਸੀ, ਮੈਂ ਸਾਰਿਆਂ ਭਰਾਵਾਂ ਨੂੰ, ਸਾਰੀ ਕੌਮ ਨੂੰ, ਕਿਸਾਨ ਕੌਮ ਨੂੰ, ਕਿਸਾਨ ਕੌਮ ਦੇ ਵਿੱਚ ਸਾਰੇ ਹੀ ਆ ਗਏ ਜੀ, ਭਾਵੇਂ ਕੋਈ ਸਿੱਖ ਹੈ, ਹਿੰਦੂ ਹੈ, ਮੁਸਲਮ ਹੈ, ਈਸਾਈ ਹੈ, ਕੋਈ ਵੀ ਹੈ, ਇਹ ਕਿਸੇ ਕੌਮ ਦਾ ਜਾਂ ਕਿਸੇ ਧਰਮ ਦਾ ਅੰਦੋਲਨ ਨਹੀਂ ਹੈਗਾ, ਇਹ ਸਾਰੀ ਕਿਸਾਨ ਕੌਮ ਦਾ, ਕਮਿਊਨਿਟੀ ਦਾ, ਪੂਰੇ ਸਮਾਜ ਦਾ ਹੀ ਅੰਦੋਲਨ ਹੈ ਜੀ, ਇਹ ਸਾਰਿਆਂ ਨੂੰ ਇਫੈਕਟ ਕਰਦਾ ਜੀ। ਸਾਡਾ ਅੰਦੋਲਨ ਬਿਲਕੁਲ ਸਕਸੈਸਫੁਲ ਰਿਹਾ, ਦਿਲ ਛੋਟਾ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ, ਉਹਨੂੰ ਸੁਧਾਰ ਕਰਨਗੇ ਸਾਡੇ ਆਗੂ ਰਾਜੇਵਾਲ ਸਾਹਿਬ, ਚੜੂਨੀ ਸਾਹਿਬ, ਬੜੇ ਬਹੁਤ ਹੀ ਜ਼ਿਆਦਾ ਕੁਆਲੀਫਾਈਡ ਔਰ ਉਹਨਾਂ ਦੀ ਸਾਰੀ ਉਮਰ ਦਾ ਐਕਸਪੀਰੀਅੰਸ ਹੈ ਜੀ, ਠੀਕ ਹੈ ਜੀ। ਇਹ ਅੰਦੋਲਨ ਕਾਮਯਾਬ ਹੋਏਗਾ, 101% ਹੋਏਗਾ, ਅਸੀਂ ਇਦੋਂ ਵੀ ਵੱਡਾ ਅੰਦੋਲਨ ਖੜਾ ਕਰਾਂਗੇ ਜੀ। ਇਹ ਜਿਹੜੀਆਂ ਤਸਵੀਰਾਂ ਆਪਾਂ ਦੇਖ ਰਹੇ ਹਾਂ ਕਿ ਭਾਰੀ ਮਾਤਰਾ ਦੇ ਵਿੱਚ ਲੋਕ ਵਾਪਸੀ ਕਰ ਰਹੇ ਨੇ, ਨੈਸ਼ਨਲ ਮੀਡੀਆ ਨੇ ਇਸ ਚੀਜ਼ ਨੂੰ ਵੀ ਨੈਗੇਟਿਵ ਦਿਖਾਉਣਾ ਆ ਕਿ ਆਹ ਦੇਖੋ ਬੰਦੇ ਤਾਂ ਜਿਹੜੇ ਇਹਨਾਂ ਦੇ ਮੇਨ ਬੰਦੇ ਸੀ ਉਹ ਤਾਂ ਚਲ ਗਏ, ਉੱਠ ਕੇ ਚਲ ਗਏ ਵਿੱਚੋਂ, ਕੀ ਕਹਿਣਾ ਚਾਹੋਗੇ ਤੁਸੀਂ? ਉਹ ਨੈਸ਼ਨਲ ਮੀਡੀਆ ਜੋ ਹੈ, ਸਾਡੇ ਚੈਨਲ ਹੈਗੇ ਨੇ, ਇੱਕ ਦੋ ਚੈਨਲ ਛੱਡ ਕੇ ਬਾਕੀ ਸਾਰੇ ਵਿਕਾਊ ਨੇ, ਵਿਕੇ ਹੋਏ ਨੇ ਜੀ, ਉਹਨਾਂ ਦਾ ਜ਼ਮੀਰ ਮਰਿਆ ਹੋਇਆ ਹੈ, ਠੀਕ ਹੈ ਜੀ। ਉਹਨਾਂ ਨੂੰ ਸਿਰਫ ਕਿਸਾਨ ਨਾਲ ਕੋਈ ਲੈਣ ਦੇਣ ਨਹੀਂ, ਦੇਸ਼ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਜੀ, ਉਹ ਤਾਂ ਵੀ ਉਹਨਾਂ ਨੇ ਆਪਣਾ ਜ਼ਮੀਰ ਵੇਚ ਖਾਧਾ ਜੀ, ਠੀਕ ਹੈ। ਬਾਕੀ ਸਾਡਾ ਅੰਦੋਲਨ ਜੋ ਹੈ ਸਿਰਫ ਸੋਸ਼ਲ ਮੀਡੀਆ ਦੇ ਸਹਾਰੇ ਚੱਲ ਰਿਹਾ, ਜਾਂ ਇੱਕ ਦੋ ਚੈਨਲ ਨੇ ਜਿਨ੍ਹਾਂ ਦਾ ਜ਼ਮੀਰ ਜਿੰਦਾ ਹੈ ਜੀ, ਠੀਕ ਹੈ ਜੀ। ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜ਼ਮੀਨੀ ਹਕੀਕਤ ਦੁਨੀਆ ਵੇਖ ਰਹੀ ਹੈ, ਪੂਰਾ ਇੰਟਰਨੈਸ਼ਨਲ ਮੀਡੀਆ ਵੇਖ ਰਿਹਾ ਜੀ, ਠੀਕ ਹੈ ਜੀ। ਬਾਕੀ ਲੋਕਾਂ ਨੇ ਬੜੀ ਮਿਹਨਤ ਕੀਤੀ ਹੈ, ਇਹ ਜਿੰਨੇ ਵੀਰ ਜਾ ਰਹੇ ਨੇ 2-2 ਮਹੀਨਿਆਂ ਤੋਂ ਬੈਠੇ ਸਨ, ਇਹ ਕੱਲ ਨੂੰ ਫਿਰ ਪਰਤ ਕੇ ਆਉਣਗੇ, ਕੋਈ ਦਿੱਕਤ ਨਹੀਂ, ਇਹ ਚੱਲਦਾ ਹੀ ਰਹਿਣਾ, ਆਉਣਾ ਜਾਣਾ ਚੱਲਦਾ ਰਹਿਣਾ ਜੀ। 10 ਟਰਾਲੀਆਂ ਗਈਆਂ ਨੇ, 20 ਵਾਪਸ ਆਉਣਗੀਆਂ, ਸਾਡਾ ਅੰਦੋਲਨ ਦਿਨ ਬ ਦਿਨ ਵਧੇਗਾ, ਘਟੇਗਾ ਨਹੀਂ, ਇਸ ਚੀਜ਼ ਦੀ ਗਰੰਟੀ ਹੈ ਜੀ। ਜਦੋਂ ਤੱਕ ਲੌਜ਼ ਰਿਪੀਲ ਨਹੀਂ ਹੁੰਦੇ ਉਦੋਂ ਤੱਕ ਅਸੀਂ ਐਵੇਂ ਹੀ ਸੰਗਠਿਤ ਹੋ ਕੇ ਇੱਥੇ ਬੈਠੇ ਰਹਿਣਾ, ਪੂਰੇ ਜੋਸ਼ ਨਾਲ, ਪੂਰੇ ਹੋਸ਼ ਨਾਲ, ਜਿਵੇਂ ਹੁਣ ਤੱਕ ਮੁੱਢ ਤੋਂ ਬੈਠੇ ਆਏ ਹਾਂ। ਤੇ ਇਹ ਜਿਹੜੇ ਆਪਾਂ, ਜਿਹੜਾ ਨੈਸ਼ਨਲ ਮੀਡੀਆ ਵਿਖਾਉਂਦਾ ਪਿਆ ਨਾ, ਟਰੈਕਟਰ ਵਾਪਸ ਜਾ ਰਹੇ ਨੇ, ਇਹ 20-21 ਤਰੀਕ ਦੇ ਤੁਰੇ ਨੇ, 20-21 ਕੋਈ ਦੂਰ ਤੋਂ, ਦਰਾਜ ਤੋਂ, ਔਰ ਇਹ ਸਿਰਫ ਮਾਰਚ ਵਾਸਤੇ ਹੀ ਆਏ ਸੀ, ਮਾਰਚ ਨਿਕਲ ਗਿਆ, ਉਹ ਸਾਡਾ ਉਹ ਜਿਹੜਾ ਮਨੋਰਥ ਸੀ ਉਹ ਪੂਰਨ ਹੋ ਗਿਆ, ਮਾਰਚ ਕੱਢ ਲਿਆ ਉੱਤੋਂ ਦੀ ਰਿੰਗ ਰੋਡ ਤੋਂ, ਤੇ ਉਹਨਾਂ ਹੁਣ ਵਾਪਸ ਹੀ ਜਾਣਾ। ਇਹਨੇ ਜਿਹੜੇ ਅੰਦੋਲਨ ਤੇ ਜਿਹੜੇ ਬਾਰਡਰਾਂ ਤੇ ਜਿਹੜੇ ਬੈਠੇ ਸੀ ਉੱਥੇ 15-20% ਸੰਗਤ ਵਧੀ ਹੈ, ਉੱਥੇ ਜਿਹੜੇ ਸੱਤਿਆਗ੍ਰਹੀ ਨੇ, ਕ੍ਰਾਂਤੀਕਾਰੀ ਅੰਦੋਲਨਕਾਰੀ ਜਿਹੜੇ ਨੇ ਵਧੇ ਨੇ, ਘਟੇ ਨਹੀਂ ਹੈ। ਹਾਂਜੀ, ਤੇ ਲੈਟਸ ਬੀ ਪੋਜ਼ਿਟਿਵ, ਤੇ ਵਾਹਿਗੁਰੂ ਭਲੀ ਕਰੇਗਾ, ਜੈ ਜਵਾਨ ਜੈ ਕਿਸਾਨ, ਮਹਾਰਾਜ ਭਲੀ ਕਰਨਗੇ। ਤੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ। ਵੀਰ ਜੀ ਹੁਣਾਂ ਦਾ ਵੀ ਇਹ ਕਹਿਣਾ ਕਿ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਨੌਜਵਾਨ ਜਿਹੜੇ ਸਰੀਰਕ ਪੱਖੋਂ ਤਾਂ ਵਿਦੇਸ਼ਾਂ ਦੀ ਧਰਤੀ 'ਤੇ ਨੇ, ਪਰ ਦਿਲ ਉਹਨਾਂ ਦੇ ਇੱਥੇ ਦਿੱਲੀ ਦੇ ਵਿੱਚ ਬਾਰਡਰਾਂ ਦੇ ਉੱਤੇ ਧੜਕ ਰਹੇ ਨੇ, ਹਰ ਪਲ ਪਲ ਦੀ ਅਪਡੇਟ ਜਾਣਨਾ ਚਾਹੁੰਦੇ ਆ, ਦੇਖਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ। ਉਹ ਦਿਲ ਛੋਟਾ ਨਾ ਕਰੋ, ਸੰਘਰਸ਼ ਬਿਲਕੁਲ ਉਸੇ ਤਰ੍ਹਾਂ ਜਿਸੇ ਤਰ੍ਹਾਂ ਪਹਿਲਾਂ ਸੀ, ਕੁਛ ਬੰਦਿਆਂ ਵੱਲੋਂ ਹੁੱਲੜਬਾਜ਼ੀ ਹੋਈ ਹੈ, ਕੀਤਾ ਗਿਆ ਵਾ ਆਪਣੇ ਵੱਲੋਂ, ਉਹਨਾਂ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ, ਪਰ ਜਿਹੜੀ ਉਹ ਕਿਤੇ ਨਾ ਕਿਤੇ ਇਸ ਨੈਸ਼ਨਲ ਮੀਡੀਆ ਨੇ ਨੈਗੇਟਿਵ ਦਿਖਾਤੀ, ਸਰਕਾਰਾਂ ਦੀ ਮਿਲੀ ਭੁਗਤ ਦੀਆਂ ਗੱਲਾਂ ਕਰਦੀਆਂ ਨੇ। ਕਿਸਾਨ ਯੂਨੀਅਨ ਜ਼ਿੰਦਾਬਾਦ, ਬੀਜੇਪੀ ਸਰਕਾਰ ਮੁਰਦਾਬਾਦ, ਬੀਜੇਪੀ ਸਰਕਾਰ ਮੁਰਦਾਬਾਦ, ਮੋਦੀ ਮੁਰਦਾਬਾਦ, 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 ਕਿਸਾਨ ਯੂਨੀਅਨ ਮੁਰਦਾਬਾਦ, ਬੋਲੇ ਸੋ ਨਿਹਾਲ, ਕਿਸਾਨ ਮਜ਼ਦੂਰ ਏਕਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਾ ਜ਼ਿੰਦਾਬਾਦ। ਧੰਨਵਾਦ ਵੀਰ ਜੀ।